ਸਾਸ਼ਿਰਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਓਕੇ ਪੱਤਰਕਾਰ ਜਨਾਬ ਸਤਰਾਮ ਸਿੰਘ ਮਾਨਕ ਜੀ ਆਪਰੇ ਨੇ ਪਰ ਮਾਨਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਮਾਹੌਲ ਦੇ ਅੰਦਰ ਤਣਾ ਤਣੀ ਪੈਦਾ ਹੋਈ ਹੈ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਪਹਿਲਾਂ ਨਾਲੋਂ ਵਧੀ ਹੈ ਜਿਸ ਤਰੀਕੇ ਦੇ ਨਾਲ ਪਲਵਾਮਾ ਖੇਤਰ ਦੇ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਭਾਰਤ ਦੇ ਵੱਲੋਂ ਹਵਾਈ ਸਟ੍ਰਾਈਕ ਦੇ ਰੰਗ ਲਿਆ ਗਿਆ ਉਸ ਤੋਂ ਬਾਅਦ ਮੋੜਵੇਂ ਰੂਪ ਦੇ ਵਿੱਚ ਭਾਰਤੀ ਖੇਤਰ ਦੇ ਵਿੱਚ ਆ ਕੇ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਗਈ ਫਿਰ ਸਾਡਾ ਇੱਕ ਕੈਪਟਨ ਪਾਇਲਟ ਅਭਿਨੰਦਨ ਜਿਸ ਦੀ ਹੁਣ ਰਿਹਾਈ ਦੀ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਸਰਹੱਦੀ ਖੇਤਰ ਦੇ ਲੋਕਾਂ ਦੇ ਅੰਦਰ ਕਿਵੇਂ دہشت ਪੈਦਾ ਹੋਈ ਹੈ ਇਸ ਤਰੀਕੇ ਦੇ ਨਾਲ ਇਮਰਾਨ ਖਾਨ ਦੀਆਂ ਤਕਰੀਰਾਂ ਨੇ ਭਾਰਤ ਦੇ ਲੋਕਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ ਜਦੋਂ ਅਬਨੰਦਰ ਨੂੰ ਕੱਲ ਨੂੰ ਰਿਹਾ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਭਾਰਤ ਦੀ ਪਹੁੰਚ ਕੀ ਹੋਊਗੀ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਮਾਨਕ ਸਾਹਿਬ ਦੇ ਕੋਲੋਂ ਉੱਤਰ ਲਵਾਂਗੇ ਇਸ ਤੋਂ ਇਲਾਵਾ ਜੇਕਰ ਅਸੀਂ ਪੰਜਾਬ ਦੇ ਵਿੱਚ ਮਹਾਗਠ ਜੋੜ ਦੀ ਗੱਲ ਕਰੀਏ ਤਾਂ ਬ੍ਰਹਮਪੁਰਾ ਹੋਰਾ ਨੂੰ ਅੱਡ ਕਰ ਦਿੱਤਾ ਗਿਆ ਜਾਂ ਇਹ ਕਹਿ ਲਈਏ ਕਿ ਉਹ ਅੱਡ ਹੋ ਗਏ ਆ ਤੇ ਬ੍ਰਹਮਪੁਰਾ ਹੋਰਾ ਨੇ ਤਿੱਖੇ ਤੇਵਰ ਵੀ ਕੈਡਰ ਦੇ ਬੈਸ ਭਰਾਵਾਂ ਦੇ ਉੱਤੇ ਅਪਣਾਏ ਆ ਇਸ ਤੋਂ ਇਲਾਵਾ ਐਸਆਈਟੀ ਦੇ ਵੱਲੋਂ ਜੋ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਇਹਦੇ ਮੁਤਲਕ ਜਾਣਕਾਰੀ ਲਵਾਂਗੇ ਮਾਨਕ ਸਿੰਘ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਸ਼ੁਕਰੀਆ ਜੀ ਮਾਨਕ ਸਿੰਘ ਸਾਹਿਬ ਜਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕੁੜਾ ਧੰਨਵਦੀ ਹੈ ਜਿਸ ਤਰੀਕੇ ਦੇ ਨਾਲ ਬੰਬਾਂ ਦੀ ਗੱਲ ਛਿੜੀ ਜਿਸ ਤਰੀਕੇ ਦੇ ਨਾਲ ਫੌਜਾਂ ਸਰਗਰਮ ਹੋਈਆਂ ਜਿਸ ਤਰੀਕੇ ਦੇ ਨਾਲ ਹਾਈ ਅਲਰਟ ਵਕ ਵਕ ਥਾਵਾਂ ਦੇ ਉੱਤੇ ਜਾਰੀ ਹੋਏ ਜਿਸ ਤਰੀਕੇ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਫੈਸਾਰਾ ਹੋਇਆ ਇਹਦੇ ਸਾਰੇ ਘਟਨਾਕਰਮ ਦੇ ਬਾਰੇ ਤੁਸੀਂ ਕੀ ਕਹੋਗੇ ਰਣਾ ਜੀ ਬਿਨਾਂ ਸ਼ੱਕ ਇਹ ਬਹੁਤ ਹੀ ਇਸ ਕਿਤੇ ਲਈ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਆ ਉਹ ਪਿਛਲੇ ਕਈ ਦਹਾਕਿਆਂ ਤੋਂ ਜਿਹੜੇ ਆ ਖਰਾਬ ਚੱਲੇ ਆ ਰਹੇ ਆ ਇਹਨਾਂ ਵਿੱਚ ਜਦੋਂ ਵੀ ਥੋੜਾ ਬੋਧਾ ਸੁਧਾਰ ਹੋਣ ਦੀ ਆਸ ਪੈਦਾ ਹੁੰਦੀ ਹੈ ਤੇ ਉਸੇ ਹੀ ਸਮੇਂ ਕੋਈ ਇਸ ਤਰ੍ਹਾਂ ਦੀ ਵੱਡੀ ਘਟਨਾ ਜਿਹੜੀ ਆ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਾਪਰ ਜਾਂਦੀ ਆ ਜਿਹਦੇ ਨਾਲ ਮੁੜ ਕੇ ਸਬੰਧ ਸੁਧਰਨ ਦੀ ਥਾਂ ਸਗੋਂ ਸਬੰਧ ਹੋਰ ਜ਼ਿਆਦਾ ਖਰਾਬ ਹੋ ਜਾਂਦੇ ਆ ਹੁਣ ਵੀ ਪਲਵਾਮਾ ਦੀ ਘਟਨਾ ਨੇ ਇਹੋ ਜਿਹਾ ਨਾ ਪੱਖੀ ਅਸਰ ਜਿਹੜਾ ਇਸ ਪੂਰੇ ਖਿੱਤੇ ਤੇ ਛੜਿਆ ਮੁੱਖ ਮਸਲਾ ਟੈਣਾ ਜੀ ਇਹ ਹੈ ਕਿ ਪਾਕਿਸਤਾਨ ਦੀ ਧਰਤੀ ਤੋਂ ਜਿਹੜਾ ਅਤਵਾਦ ਫਲਾਇਆ ਜਾ ਰਿਹਾ ਜਿਹੜੀਆਂ ਅਤਵਾਦੀ ਤਨਜ਼ੀਮਾਂ ਨੂੰ ਪਾਕਿਸਤਾਨ ਦੀ ਫੌਜੀ ਸਥਾਪਤੀ ਦੀ ਸਰਪ੍ਰਸਤੀ ਹਾਸਲ ਹੈ ਜਦੋਂ ਤੱਕ ਪਾਕਿਸਤਾਨ ਇਸ ਤਰ੍ਹਾਂ ਦੀਆਂ ਤਨਜ਼ੀਮਾਂ ਨੂੰ ਸਮਰਥਨ ਦੇਣਾ ਬੰਦ ਨਹੀਂ ਕਰਦਾ ਉਹਨਾਂ ਨੂੰ ਸਿੱਖਿਆ ਦਿਖਿਆ ਦੇ ਕੇ ਉਹਨਾਂ ਦੇ ਕਾਰਕੁਨਾਂ ਨੂੰ ਭਾਰਤ ਦੀ ਧਰਤੀ ਤੇ ਭੇਜਣਾ ਬੰਦ ਨਹੀਂ ਕਰਦਾ ਉਦੋਂ ਤੱਕ ਇਸ ਖਿੱਤੇ ਵਿੱਚ ਸ਼ਾਂਤੀ ਨਹੀਂ ਹੋ ਸਕਦੀ ਔਰ ਜਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ ਉਦੋਂ ਤੱਕ ਜਿਹੜਾ ਚਾਹੇ ਜੰਮੂ ਕਸ਼ਮੀਰ ਦਾ ਮਸਲਾ ਚਾਹੇ ਹੋਰ ਦਬੱਲੇ ਮਸਲੇ ਆ ਉਹ ਹੱਲ ਹੋਣ ਲਈ ਇੱਕ ਮناسب ਮਾਹੌਲ ਨਹੀਂ ਬਣ ਸਕਦਾ ਸੋ ਭਾਰਤ ਪਾਕਿਸਤਾਨ ਸਬੰਧਾਂ ਦੀ ਤਾਣੀ ਜਿਹੜੀ ਆ ਬੁਰੀ ਤਰ੍ਹਾਂ ਉਲਝੀ ਹੋਈ ਆ ਇਹਦਾ ਹੀ ਪਸਾਰਾ ਅਸੀਂ ਦੇਖਿਆ ਕਿ ਪਲਵਾਮਾ ਦੇ ਵਿੱਚ 40 ਸੀਆਰਪੀਐਫ ਦੇ ਜਵਾਨ ਮਾਰਨ ਤੋਂ ਬਾਅਦ ਪੂਰੇ ਖਿੱਤੇ ਨੂੰ ਅਤੇ 10 ਸਤ ਨੇ ਸਹਿਮ ਨੇ ਜੰਗ ਦੇ ਬਦਲਾ ਨੇ ਆਪਣੀ ਗ੍ਰਿਫਤ ਚ ਲੈ ਲਿਆ ਸੀ ਉਸ ਤੋਂ ਬਾਅਦ ਭਾਰਤ ਨੇ ਉਡੀਕ ਕੀਤੀ ਕਿ ਪਲਵਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਨੇ ਦੀ ਜ਼ਿੰਮੇਵਾਰੀ ਲਈ ਹੈ ਪਾਕਿਸਤਾਨ ਜੈਸ਼-ਏ-ਮੁਹੰਮਦ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਪਰ ਉਸਨੇ ਜੈਸ਼ੇ ਮੁਹੰਮਦ ਦਾ ਜਿਹੜਾ ਬਹਾਵਲਪੁਰ ਹੈੱਡਕੁਆਟਰ ਹੈ ਉਹਦੇ ਵਿੱਚ ਇੱਕ ਮਦਰਸਾ ਤੇ ਇੱਕ ਮਸਜਿਦ ਨੂੰ ਕੰਟਰੋਲ ਚ ਲੈਣ ਤੋਂ ਵੱਧ ਕੁਝ ਨਹੀਂ ਕੀਤਾ ਤੇ ਭਾਰਤ ਦੀ ਇਹ ਤਾਂ ਤਸੱਲੀ ਨਹੀਂ ਹੋ ਸਕਦੀ ਸੀ ਇਸ ਵੇਲੇ ਕਿਉਂਕਿ ਭਾਰਤ ਵਿੱਚ ਚੋਣਾਂ ਦਾ ਵੀ ਮਾਹੌਲ ਹੈ ਨਰਿੰਦਰ ਮੋਦੀ ਦੀ ਸਰਕਾਰ ਦੇ ਉੱਪਰ ਇਹ ਦਬਾਅ ਸਗਾ ਕੇ ਉਹ ਕੁਝ ਕਰਕੇ ਦਿਖਾਵੇ ਨਹੀਂ ਤਾਂ ਰਾਜਨੀਤਿਕ ਤੌਰ ਤੇ ਇੱਥੇ ਭਾਜਪਾ ਤੇ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਬਹੁਤ ਉਲਟ ਅਸਰ ਹੋ ਸਕਦਾ ਸੀ ਸੋ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਚ ਸਰਹੱਦ ਪਾਰ ਕਰਕੇ ਜਿਹੜਾ ਫੌਜੀ ਕਾਰਵਾਈ ਕਰਨੀ ਪਈ ਜਿਹਦੇ ਖੈਬਰ ਪਖਤੂਨ ਖਵਾ ਦੇ ਇੱਕ ਇਲਾਕੇ ਤੇ ਜਿਹੜੀ ਬੰਬਾਰੀ ਕੀਤੀ ਗਈ ਭਾਰਤ ਨੇ ਕਿਹਾ ਕਿ ਅਸੀਂ ਉਥੇ ਜੈਸ਼ੇ ਮੁਹੰਮਦ ਦਾ ਜਿਹੜਾ ਟ੍ਰੇਨਿੰਗ ਦਾ ਅੱਡਾ ਸੀ ਉਹਨੂੰ ਨਸ਼ਟ ਕਰਨ ਲਈ ਕਾਰਵਾਈ ਕੀਤੀ ਹੈ ਉਥੇ ਟ੍ਰੇਨਿੰਗ ਦਾ ਅੱਡਾ ਨਸ਼ਟ ਹੋਇਆ ਜਾਂ ਨਹੀਂ ਹੋਇਆ ਉਹ ਇੱਕ ਵੱਖਰਾ ਮੁੱਦਾ ਹੈ ਪਰ ਭਾਰਤ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਹੜੀ ਆ ਹਵਾਈ ਹਮਲਾ ਕਰਕੇ ਇਹ ਸੰਦੇਸ਼ ਜ਼ਰੂਰ ਦੇ ਦਿੱਤਾ ਕਿ ਜੇਕਰ ਤੁਹਾਡੀ ਧਿਰਤੀ ਤੋਂ ਸਾਡੇ ਉੱਪਰ ਹਮਲੇ ਬੰਦ ਨਾ ਹੋਏ ਤਾਂ ਇਸ ਤਰ੍ਹਾਂ ਦੀ ਕਾਰਵਾਈ ਅਸੀਂ ਦੁਬਾਰਾ ਵੀ ਕਰ ਸਕਦੇ ਹਾਂ ਤੇ ਦੂਜੇ ਪਾਸੇ ਜਦੋਂ ਭਾਰਤ ਨੇ ਕਾਰਵਾਈ ਕਰ ਦਿੱਤੀ ਤਾਂ ਪਾਕਿਸਤਾਨ ਦੀ ਸਰਕਾਰ ਦੇ ਉੱਤੇ ਵੀ ਇਹ ਦਬਾਅ ਪੈਣਾ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਸਾਡੀ ਜਿਹੜੀ ਸੌਵਰਨਟੀ ਦੀ ਸਾਡੀ ਪ੍ਰਭੂਸਤਾ ਦੀ ਉਲੰਘਣਾ ਕੀਤੀ ਹੈ ਇਹ ਸਹੀ ਦਬਾਅ ਹੈਠ ਜਿਹੜਾ ਪਾਕਿਸਤਾਨ ਨੇ ਭਾਰਤ ਦੀ ਫੌਜੀ ਟਿਕਾਣਿਆਂ ਤੇ ਹਮਲਾ ਕਰਨ ਦਾ ਯਤਨ ਕੀਤਾ ਜਿਹਨੂੰ ਭਾਰਤ ਦੇ ਜਹਾਜ਼ਾਂ ਨੇ ਉਸ ਹਮਲੇ ਨੂੰ ناکਾਮ ਕੀਤਾ ਪਰ ਇਸ ਘਟਨਾ ਦੇ ਵਿੱਚ ਸਾਡਾ ਇੱਕ ਜਹਾਜ਼ ਜਿਹੜਾ ਉਹ ਪਾਕਿਸਤਾਨੀ ਧਰਤੀ ਤੇ ਡਿੱਗ ਪਿਆ ਜਿਹਦਾ ਕਮਾਂਡਰ ਅਭਿਨੰਦਰ ਇਸ ਵੇਲੇ ਪਾਕਿਸਤਾਨ ਦੀ ਗ੍ਰਿਫਤ ਵਿੱਚ ਹੈ ਇਸ ਮੁчие ਤੌਰ ਤੇ ਮਕਟਣਾ ਜੀ ਕਹਿਣਾ ਇਹ ਬਣਦਾ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਸਬੰਧ ਜਿਹੜੇ ਖਰਾਬ ਹੋ ਰਹੇ ਆ ਉਹਦਾ ਮੁੱਖ ਕਾਰਨ ਇਹ ਆ ਜਿਹੜਾ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਦੇ ਖਿਲਾਫ ਜਿਹੜਾ ਅਤਵਾਦ ਫੈਲਾਇਆ ਜਾਂਦਾ ਜਦੋਂ ਤੱਕ ਇਹ ਅਤਵਾਦ ਫੈਲਾਉਣਾ ਪਾਕਿਸਤਾਨ ਬੰਦ ਨਹੀਂ ਕਰਦਾ ਇਸ ਕਿਤੇ ਜਮਨ ਚੈਨ ਹੋਣਾ ਮੁਸ਼ਕਲ ਹੈ ਮੰਤਰੀ ਸਾਹਿਬ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਵੀ ਅਸੀਂ ਦੋਸਤੀ ਦੇ ਲਈ ਹੱਥ ਵਧਾਉਨੇ ਆ ਭਾਰਤ ਦੇ ਵੱਲ ਸਾਨੂੰ ਜੰਗ ਨਹੀਂ ਚਾਹੀਦੀ ਜੰਗ ਦੇ ਨਾਲ ਦੋਹਾਂ ਮੁਲਕਾਂ ਦਾ ਨੁਕਸਾਨ ਹੈ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਕੈਪਟਨ ਅਬਨੰਦਰ ਨੂੰ ਕੱਲ੍ਹ ਵੇਲੇ ਛੱਡ ਦੇਵਾਂਗੇ ਤੇ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਪਾਕਿਸਤਾਨ ਦੇ ਪ੍ਰਤੀ ਜਾਂ ਇਮਰਾਨ ਖਾਨ ਦੇ ਪ੍ਰਤੀ ਇਹ ਚੰਗੀ ਭਾਵਨਾ ਪੈਦਾ ਹੋਈ ਹੈ ਕਿਉਂਕਿ ਜਿਹੜੀਆਂ ਦੋ ਤਕਰੀਰਾਂ ਹੁਣ ਤੱਕ ਅਸੀਂ ਸੁਣੀਆਂ ਇਮਰਾਨ ਖਾਨ ਦੀਆਂ ਉਹਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਜਪੀ ਤੁਹਾਨੂੰ ਕੀ ਜਪਦਾ ਕਿ ਇਸ ਮਾਹੌਲ ਦੇ ਵਿੱਚ ਇਮਰਾਨ ਖਾਨ ਦੀਆਂ ਤਕਰੀਰਾਂ ਦਾ ਲੋਕਮਨਾਂ ਦੇ ਉੱਤੇ ਕਿੰਨਾ ਅਸਰ ਹੋਇਆ ਹੈ ਤਾਣਾ ਜੀ ਤੁਸੀਂ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਸਲੇ ਨਾਲ ਨਿਪਟਣ ਦੀ ਕੋਸ਼ਿਸ਼ ਕੀਤੀ ਹੈ ਅੰਤਰਰਾਸ਼ਟਰੀ ਜਿਹੜਾ ਭਾਈਚਾਰਾ ਉਹਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੀ ਜੋ ਤਣਾਅ ਪੈਦਾ ਹੋ ਗਿਆ ਸੀ ਉਹਨੂੰ ਘਟਾਉਣ ਲਈ ਆਪਣੇ ਵੱਲੋਂ ਯਤਨ ਕੀਤੇ ਆ ਉਹ ਇੱਕ ਛਲਾਂਗਾ ਜੋਗ ਪਹਿਲ ਕਦਮੀ ਆ ਇਹਨੂੰ ਸਾਨੂੰ ਸਰਕਾਰ ਕਰਨਾ ਚਾਹੀਦਾ ਬਾਕੀ ਉਹਨਾਂ ਨੇ ਬੈਂਕ ਮੰਡਰ ਅਨੰਦਨ ਨੂੰ ਰਿਹਾ ਕਰਨ ਦਾ ਐਲਾਨ ਕਰਕੇ ਵੀ ਇੱਕ ਚੰਗਾ ਕਦਮ ਪੁੱਟਿਆ ਇਹਦੇ ਨਾਲ ਜੋ ਇਸ ਖਿੱਤੇ 'ਚ ਬਹੁਤ ਜ਼ਿਆਦਾ ਤਣਾਅ ਪੈਦਾ ਹੋ ਗਿਆ ਸੀ ਦੋਨਾਂ ਦੇਸ਼ਾਂ ਦੇ ਵਿੱਚ ਤੇ ਉਹਦੇ ਨਾਲ ਥੋੜਾ ਜਿਹਾ ਤਣਾਅ ਕਟਿਆ ਪਰ ਮੁੱਖ ਗੱਲ ਟਣਾ ਜੀ ਇਹ ਆ ਕਿ ਇਹ ਤੋਂ ਅਭੀ ਅੱਗੇ ਜਾ ਕੇ ਜਿਹੜਾ ਪਾਕਿਸਤਾਨ ਨੂੰ ਇਹ ਕਾਰਵਾਈ ਕਰਨੀ ਪਵੇਗੀ ਕਿ ਉੱਥੇ ਜਿਹੜੀਆਂ ਤਨਜ਼ੀਮਾਂ ਕੰਮ ਕਰਦੀਆਂ ਜਿਹੜਾ ਉੱਥੋਂ ਅਤਵਾਦ ਫਲਾਇਆ ਜਾ ਰਿਹਾ ਉਹਦੇ ਉੱਤੇ ਰੋਕ ਲਾਵੇ ਤੇ ਜੇ ਪਾਕਿਸਤਾਨ ਇਸ ਤਰ੍ਹਾਂ ਦਾ ਕੋਈ ਭਰੋਸਾ ਜਿਹੜਾ ਭਾਰਤ ਦੀ ਸਰਕਾਰ ਨੂੰ ਦਿੰਦਾ ਤਾਂ ਭਾਰਤ ਸਰਕਾਰ ਜਿਹੜੀ ਆ ਪਰ ਇਮਰਾਨ ਖਾਨ ਵੱਲੋਂ ਜੜੀ ਸਹਿਰਦਤਾ ਦਿਖਾਈ ਜਾ ਰਹੀ ਹੈ ਜਾਂ ਅਮਨ ਲਈ ਪਹਿਲ ਕਦਮੀ ਕੀਤੀ ਜਾ ਰਹੀ ਹੈ ਪਰ ਦੇ ਸਰਕਾਰ ਉਹਨੂੰ ਗੰਭੀਰਤਾ ਨਾਲ ਲੈ ਸਕਦੀ ਆ ਪਰ ਜਦੋਂ ਤੱਕ ਪਾਕਿਸਤਾਨ ਜਿਹੜਾ ਪਲਵਾਮਾ ਦੇ ਦੋਸ਼ੀ ਆ ਉਹਨਾਂ ਦੇ ਖਿਲਾਫ ਨਹੀਂ ਕਾਰਵਾਈ ਕਰਦਾ ਜਾਂ ਜਿਹੜੇ ਮੁੰਬਈ ਤੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਖਾਸ ਕਰਕੇ ਪਾਰਤ ਇਹ ਚਾਹੁੰਦਾ ਕਿ ਜੈਸ਼ੇ ਮੁਹੰਮਦ ਦਾ ਜਿਹੜਾ ਮੁਖੀ ਆ ਮਸੂਦ ਅਜ਼ਰ ਉਹਦੇ ਖਿਲਾਫ ਕਾਰਵਾਈ ਹੋਵੇ ਤੇ ਲਸ਼ਕਰੇ ਤਾਈਬਾ ਦਾ ਜਿਹੜਾ ਮੁਖੀ ਹਾਫਿਜ਼ ਸਈਦ ਆ ਜਿਹੜਾ ਉਹਦੇ ਖਿਲਾਫ ਕਾਰਵਾਈ ਹੋਵੇ ਤੇ ਦੌਦ ਜਿਹੜਾ ਉੱਥੇ ਲੁਕੇ ਬੈਠਾ ਉਹਦੇ ਖਿਲਾਫ ਕਾਰਵਾਈ ਹੋਵੇ ਤੇ ਜਦੋਂ ਤੱਕ ਇਸ ਤਰ੍ਹਾਂ ਦੀ ਠੋਸ ਪਹਿਲ ਕਦਮੀ ਪਾਕਿਸਤਾਨ ਨਹੀਂ ਕਰਦਾ ਉਦੋਂ ਤੱਕ ਜਿਹੜਾ ਸਮੁੱਚੇ ਤੌਰ ਤੇ ਤਣਾ ਘਟਣਾ ਤੇ ਦੋਨਾਂ ਦੇਸ਼ਾਂ ਦਾ ਗੱਲਬਾਤ ਦੀ ਮੇਜ਼ ਤੇ ਆਉਣਾ ਹਜੇ ਦੂਰ ਲੱਗਦਾ ਪਰਮਾਨਿਕ ਸਾਹਿਬ ਇੱਕ ਇਮਰਾਨ ਖਾਨ ਗੁਰਾਂਡੇ ਬਿਆਨ ਦਾ ਅੰਸ਼ ਹੈ ਕਿ ਜੇਕਰ ਭਾਰਤ ਦੇ ਕੋਲੇ ਕੋਈ ਸਬੂਤ ਹੈ ਤਾਂ ਇੱਕ ਉਹ ਸਬੂਤ ਪੇਸ਼ ਕਰੇ ਪਲਵਾਮਾ ਹਮਲੇ ਦਾ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਭਾਰਤ ਕਿਸੇ ਵੀ ਏਜੰਸੀ ਤੋਂ ਜਾਂਚ ਪੜਤਾਲ ਕਰਾ ਲਵੇ ਜੇਕਰ ਅਸੀਂ ਕਸੂਰਬਾਰ ਹਾਂ ਫਿਰ ਸਾਨੂੰ ਕਹੇ ਉਹਨਾਂ ਦੀ ਇਸ ਗੱਲ ਦੇ ਬਾਰੇ ਕੀ ਸੋਚਣੀ ਹੈ ਤਹਿਣਾ ਜੀ ਭਾਰਤ ਨੇ ਜਿਹੜਾ ਸਬੂਤਾਂ ਦਾ ਡੋਸੀਅਰ ਉਹ ਪਾਕਿਸਤਾਨ ਦੇ ਐਮਬੈਸਡਰ ਨੂੰ ਪਿਛਲੇ ਦਿਨੀ ਦਿੱਲੀ ਵਿੱਚ ਦੇ ਦਿੱਤਾ ਹੁਣ ਦੇਖਣਾ ਇਹ ਬਣਦਾ ਕਿ ਉਹ ਕਿੰਨੀ ਕਾਰਵਾਈ ਕਰਦੇ ਆ ਕਿ ਪਹਿਲਾਂ ਵੀ ਭਾਰਤ ਨੇ ਕਈ ਵਾਰ ਸਬੂਤ ਦਿੱਤੇ ਆ ਮੁੰਬਈ ਤੇ ਜਿਹੜਾ ਹਮਲਾ ਹੋਇਆ ਸੀ ਉਦੋਂ ਵੀ ਸਬੂਤ ਲਸ਼ਕਰੇ ਤਾਇਬਾ ਦੇ ਖਿਲਾਫ ਦਿੱਤੇ ਗਏ ਸੀ ਲਸ਼ਕਰੇ तैबा ਨਾਲ ਸੰਬੰਧਿਤ ਜਿਹੜੇ ਅਤਵਾਦੀ ਲੀਡਰ ਹੈ ਉਹਨਾਂ ਦੇ ਖਿਲਾਫ ਅਜੇ ਤੱਕ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਦਾਉਦ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜੈਸ਼ੇ ਮੁਹੰਮਦ ਨੇ ਇਸ ਤੋਂ ਪਹਿਲਾਂ ਵੀ ਭਾਰਤ ਤੇ ਕਈ ਹਮਲੇ ਕੀਤੇ ਆ ਪਠਾਨਕੋਟ ਦਾ ਹਮਲਾ ਵੀ ਉਹਨੇ ਕੀਤਾ ਸੀਗਾ ਭਾਰਤ ਦੀ ਪਾਰਲੀਮੈਂਟ ਤੇ ਹਮਲਾ ਵੀ ਜੈਸ਼ੇ ਮੁਹੰਮਦ ਨੇ ਕੀਤਾ ਸੀ ਉਹਨਾਂ ਦੇ ਖਿਲਾਫ ਵੀ ਸਬੂਤ ਮਈਆ ਕੀਤੇ ਗਏ ਸੀ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਇੰਨਾ ਕਹਿਣਾ ਹੀ ਕਾਫੀ ਨਹੀਂ ਹੈਗਾ ਕਿ ਤੁਸੀਂ ਸਾਨੂੰ ਸਬੂਤ ਦਿਓ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਜੇ ਪਾਕਿਸਤਾਨ ਪਹਿਲਾਂ ਖਾਂਦਾ ਜਾਂ ਹੋਣ ਵੀ ਕਾਰਵਾਈ ਕਰਕੇ ਪਾਕਿਸਤਾਨ ਦਿਖਾਂਦਾ ਤਾਂ ਭਾਰਤ ਉਹਦਾ ਮناسب ਹੰਗਾਰਾ ਭਰ ਸਕਦਾ ਜੀ ਪਰ ਇੱਕ ਸਵਾਲ ਮਾਨਕ ਸਰ ਹੋਰ ਪੈਦਾ ਹੁੰਦਾ ਕਿ ਜੋ ਹੁਣ ਤਣਾਅ ਵਾਲਾ ਮਾਹੌਲ ਪੈਦਾ ਹੋਇਆ ਜਿਵੇਂ ਜੰਗ ਲੱਗਦੀ ਲੱਗਦੀ ਟਲੀਆਂ ਹਾਲ ਦੀ ਘੜੀ ਉਸ ਹਾਲਾਤ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਕੋਈ ਅਸਰ ਪਊਗਾ ਨਹੀਂ ਟੈਣਾ ਜੀ ਕਰਤਾਰਪੁਰ ਦੇ ਲਾਂਘੇ ਤੇ ਤਾਂ ਅਸਰ ਪੈਗਾ ਜੇ ਦੋਨਾਂ ਦੇਸ਼ਾਂ 'ਚ ਤਣਾਅ ਬਣਿਆ ਰਹਿੰਦਾ ਇਸੇ ਤਰ੍ਹਾਂ ਦੇ ਸਰਦਾਂ ਦੇ ਯਾਰ ਪਰ ਹਮਲੇ ਹੁੰਦੇ ਰਹਿੰਦੇ ਆ ਜਾਂ ਇੱਕ ਪੂਰੀ ਜੰਗ ਛੇੜਨ ਜਾਂਦੀ ਆ ਤਾਂ ਇਹ ਸਾਰੇ ਸਿਲਸਿਲੇ 'ਚ ਕਰਤਾਰਪੁਰ ਦਾ ਲੰਘਾ ਜਿਹੜਾ ਉਹ ਇੱਕ ਪਾਸੇ ਰਹਿ ਜਾਏਗਾ ਕਿ ਹੋਰ ਜਿਹੜੇ ਮਸਲੇ ਆ ਦੋਨਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਉਹ ਸਾਹਮਣੇ ਆ ਜਾਣਗੇ। ਮਾਨ ਸਾਹਿਬ ਜਿਸ ਤਰੀਕੇ ਦੇ ਹਾਲਾਤ ਹੁਣ ਤੱਕ ਬਣੇ ਹੋਏ ਦਿਸ ਰਹੇ ਸਭ ਨੂੰ ਇਸ ਹਾਲਾਤ ਦੇ ਮੱਦੇਨਜ਼ਰ ਤੁਹਾਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਜਾਂ ਵਰਤਮਾਨ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਕੋਈ ਜੰਗ ਦੀ ਸੰਭਾਵਨਾ ਹੈ? ਕਹਣਾ ਜੀ ਹੁਣ ਤੱਕ ਜੋ ਘਟਨਾਕਰਮ ਵਾਪਰਿਆ ਉਹ ਤੋਂ ਇਹ ਲੱਗਦਾ ਸੀਗਾ ਕਿ ਜਿਹੜਾ ਜਿਸ ਤਰ੍ਹਾਂ ਸ਼ਰਧਾਂ ਦੇ ਆਰ ਪਾਰ ਦੋਨੇ ਦੇਸ਼ਾਂ ਵੱਲੋਂ ਫੌਜੀ ਕਾਰਵਾਈ ਕੀਤੀ ਜਾ ਰਹੀ ਆ ਇਹਦੇ ਨਾਲ جنگ ਛੇੜ ਸਕਦੀ ਆ ਪਰ ਅੱਜ ਦੀਆਂ ਸਥਿਤੀਆਂ 'ਚ ਜਿਸ ਤਰ੍ਹਾਂ ਕਮੰਤਰੀ ਭਾਈਚਾਰੇ ਨੇ ਦੋਨਾਂ ਦੇਸ਼ਾਂ ਦੇ ਵਧ ਰਹੇ ਤਣਾਅ ਵਿੱਚ ਦਖਲ ਦਿੱਤਾ ਉਹਨੂੰ ਮੁੱਖ ਰੱਖਦੇ ਆ ਹੁਣੇ ਲੱਗਦਾ ਕਿ ਦੋਨਾਂ ਦੇਸ਼ਾਂ 'ਚ ਜੰਗ ਪੂਰੀ ਜੰਗ ਹੋਣ ਦੀ ਸੰਭਾਵਨਾ ਘਟਿਆ ਕਿ ਕਿਉਂਕਿ ਪਿਛਲੇ ਦਿਨੀ ਸੁਸ਼ਮਨ ਸਵਰਾਜ ਜਿਹੜੇ ਚੀਨ ਗਏ ਸੀ ਉੱਥੇ ਉਹਨਾਂ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਰੂਸ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ ਤੇ ਚੀਨ ਨੇ ਵੀ ਪਹਿਲਾਂ ਨਾਲੋਂ ਵਧੇਰੇ ਸੰਜੀਦਗੀ ਦਿਖਾਈ ਆ ਕਿ ਦੋਨਾਂ ਦੇਸ਼ਾਂ 'ਚ ਤਣਾਅ ਤੇ ਟਕਰਾਅ ਨਾ ਵਧੇ ਟੈਣਾ ਜੀ ਚੀਨ ਦਾ ਜਿਹੜਾ ਬਦਲਿਆ ਹੋਇਆ ਰੂਪ ਆ ਉਹ ਇਸ ਕਾਰਨ ਵੀ ਆ ਕਿ ਪਾਕਿਸਤਾਨ ਦੇ ਅੰਦਰ ਚੀਨ ਨੇ ਜਿਹੜਾ 60 ਬਿਲੀਅਨ ਡਾਲਰ ਦਾ ਪੂੰਜੀ ਨਿਵੇਸ਼ ਕੀਤਾ ਹੋਇਆ ਪਾਕਿਸਤਾਨ ਦੇ ਅੰਦਰ ਚੀਨ ਵੱਡੀਆਂ-ਵੱਡੀਆਂ ਸੜਕਾਂ ਬਣਾ ਰਿਹਾ ਪੁਲ ਬਣਾ ਰਿਹਾ ਰੇਲਵੇ ਲਾਈਨਾਂ ਬਣਾ ਰਿਹਾ ਬੰਦਰਗਾਹਾਂ ਦਾ ਨਿਰਮਾਣ ਕਰ ਰਿਹਾ ਜੇ ਦੋਨਾਂ ਦੇਸ਼ਾਂ ਦੇ ਵਿਚਕਾਰ ਲੜਾਈ ਛੱਡਦੀ ਆ ਤੇ ਇਹ ਜਿਹੜਾ ਬੁਨਿਆਦੀ ਢਾਂਚਾ ਇਹ ਬੰਬਾਂ ਦੀ ਮਾਰ ਹੇਠ ਆ ਜਾਏਗਾ ਟਹਿ ਜਾਏਗਾ ਟੁੱਟ ਜਾਏਗਾ ਤੇ ਚੀਨ ਹੁਣ ਇਹ ਕਦੇ ਨਹੀਂ ਚਾਹੇਗਾ ਕਿ ਦੋਨਾਂ ਦੇਸ਼ਾਂ 'ਚ ਪੂਰੀ ਲੜਾਈ ਹੋਵੇ ਤੇ ਜੋ ਕੁਝ ਉੱਥੇ ਉਹ ਸਾਰੀ ਕਰ ਰਿਹਾ ਤੇ ਜੋ ਸੰਤਤੀ ਫੋਕਲ ਪੁਆਇੰਟ ਬਣਾਏ ਬਣਾਏ ਜਾ ਰਿਹਾ ਜੋ ਐਗਰੀਕਲਚਰ ਵੱਡੇ ਫਾਰਮ ਬਣਾਏ ਜਾ ਰਿਹਾ ਇਹ ਸਾਰਾ ਕੁਝ ਨਸ਼ਟ ਹੋ ਜਾਏ ਸੋ ਚੀਨ ਦਾ ਵੀ ਇਹ ਸਵਾਰਥ ਬਣ ਗਿਆ ਕਿ ਉਹ ਭਾਰਤ ਤੇ ਪਾਕਿਸਤਾਨ ਨੂੰ ਇੱਕ ਵੱਡੀ ਜੰਗ 'ਚ ਉਲਝਾਣਾ ਦੇਵੇ ਇਸ ਤੋਂ ਇਲਾਵਾ ਟਾਣਾ ਜੀ ਚੀਨ ਦਾ ਭਾਰਤ ਨਾਲ ਵੱਡਾ ਵਪਾਰ ਚੱਲ ਰਿਹਾ ਬਹੁਤ ਸਾਰਾ ਲੈਣ ਦੇਣਾ ਸੀ ਚੀਨ ਤੋਂ ਕਰਦੇ ਆ ਔਰ ਚੀਨ ਦਾ ਸਾਡੇ ਨਾਲ ਵਪਾਰ ਹੈ ਉਹਦੇ ਚ ਜ਼ਿਆਦਾ ਫਾਇਦਾ ਚੀਨ ਨੂੰ ਹੋ ਰਿਹਾ ਚੀਨ ਨਹੀਂ ਚਾਹੇਗਾ ਕਿ ਜਿਹੜਾ ਭਾਰਤ ਤੇ ਪਾਕਿਸਤਾਨ جنگ ਚੋਲ ਜਣ ਤੇ ਇੱਕ ਵੱਡੀ ਮਾਰਕੀਟ ਜਿਹੜੀ ਆ ਭਾਰਤ ਦੀ ਚੀਨ ਦੇ ਹੱਥੋਂ ਖੁੱਸ ਜਾਏ ਕਿਉਂਕਿ ਜੇ ਜੰਗ ਛਿੜਦੀ ਆ ਤਾਂ ਕਿਉਂਕਿ ਚੀਨ ਪਾਕਿਸਤਾਨ ਦੇ ਨੇੜੇ ਆ ਕਿਸੇ ਨਾ ਕਿਸੇ ਪੜਾ ਤੇ ਜਾ ਕੇ ਉਹਨੂੰ ਪਾਕਿਸਤਾਨ ਦੀ ਮੱਦਦ ਲਈ ਖੜਾ ਹੋਣ ਪੈ ਸਕਦਾ ਤੇ ਜਦੋਂ ਚੀਨ ਪਾਕਿਸਤਾਨ ਦੀ ਮਦਦ 'ਚ ਖੜਾ ਹੋਊਗਾ ਤੇ ਭਾਰਤ ਨਾਲ ਵਪਾਰ ਤੇ ਭਾਰਤ ਨਾਲ ਹੋ ਸਾਰੇ ਸਬੰਧ ਜਿਹੜੇ ਆ ਉਹ ਕਹੇ ਚੀਨ ਦੇ ਹਟਾਈ 'ਚ ਪੈ ਜਾਣਗੇ ਤੇ ਚੀਨ ਇਸ ਤਰ੍ਹਾਂ ਦੀ ਨੌਬਤ ਨਹੀਂ ਆਣ ਦੇਵੇਗਾ ਇੱਕ ਹੋਰ ਵੱਡੀ ਮਹੱਤਵਪੂਰਨ ਗੱਲ ਇਹ ਹਟਾਣਾ ਜੀ ਕਿ ਅਮਰੀਕਾ ਜਿਹੜਾ ਅਫਗਾਨਿਸਤਾਨ 'ਚੋਂ ਨਿਕਲਣਾ ਚਾਹੁੰਦਾ ਔਰ 트ੰਪ ਨੇ ਆਪਣਾ ਚੋਣ ਵਾਦਾ ਕੀਤਾ ਸੀ ਕਿ ਮੈਂ ਜਦੋਂ ਰਾਸ਼ਟਰਪਤੀ ਬਣ ਜਾਊਂਗਾ ਤੇ ਮੈਂ ਅਫਗਾਨਿਸਤਾਨ ਤੋਂ ਫੌਜਾਂ ਵਾਪਸ ਬੁਲਾ ਲਾਂਗਾ ਤੇ ਇਹਦੇ ਲਈ ਉਹ ਤਾਲਮਾਨ ਨਾਲ ਗਲਵਤ ਕਰ ਰਿਹਾ ਤੇ ਉਹ ਇਸ ਵੇਲੇ ਜੇ ਭਾਰਤ ਤੇ ਪਾਕਿਸਤਾਨ جنگ ਚੁੱਲ ਜ ਜਾਂਦੇ ਆ ਤਾਂ ਪਾਕਿਸਤਾਨ ਅਮਰੀਕਾ ਦੀ ਅਫਗਾਨਿਸਤਾਨ ਵਿੱਚੋਂ ਨਿਕਲਣ ਚ ਮਦਦ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਤਾਲਬਾਨ ਆ ਉਹ ਪਾਕਿਸਤਾਨ ਦੇ ਪ੍ਰਭਾਵ ਹੇਟ ਆ ਤੇ ਤਾਲਬਾਨ ਨੂੰ ਗਲਵਾਦ ਦੀ ਮੇਜ਼ ਤੇ ਲਿਆਉਣ ਲਈ ਪਾਕਿਸਤਾਨ ਦੇ ਸਹਿਯੋਗ ਦੀ ਲੋੜ ਹੈ ਤੇ ਇਹਦੇ ਲਈ ਅਮਰੀਕਾ ਦਾ ਵੀ ਯਤਨ ਹੈ ਕਿ ਦੋਨੇ ਦੇਸ਼ ਜਿਹੜੇ ਆ ਇਹ جنگ ਵਿੱਚ ਨਾ ਉਲਝਣ ਇਸ ਵੇਲੇ ਦੀ ਸਥਿਤੀ ਜਿਹੜੀ ਆ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਉਹਦੇ ਚ ਮੁਸਲਮਾਨ ਦੇਸ਼ ਜਿਹੜੇ ਕਿਸੇ ਸਮੇਂ ਪੂਰੀ ਤਰ੍ਹਾਂ ਪਾਕਿਸਤਾਨ ਦੇ ਪਿੱਛੇ ਖੜੇ ਹੁੰਦੇ ਸੀ ਉਹ ਵੀ ਪਾਕਿਸਤਾਨ ਦੇ ਪਿੱਛੇ ਇਸ ਕਰਕੇ ਖੜੇ ਹੋਣ ਲਈ ਤਿਆਰ ਨਹੀਂ ਕਿ ਸਾਊਦੀ ਅਰਬ ਨੇ 44 ਬਿਲੀਅਨ ਡਾਲਰ ਇੰਡੀਆ ਚ ਨਿਵੇਸ਼ ਕੀਤਾ ਹੋਇਆ ਹੈ ਇਸ 100 ਬਿਲੀਅਨ ਡਾਲਰ ਜਿਹੜਾ ਹੋਰ ਨਿਵੇਸ਼ ਕਰਨਾ ਚਾਹੁੰਦਾ ਜਿਹੜਾ ਸਾウਦੀ ਅਰਬ ਦਾ ਸਹਜਾਦਾ ਉਹ ਭਾਰਤ ਆ ਕਿਉਂ ਨੇ ਐਲਾਨ ਕੀਤਾ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਸਾウਦੀ ਅਰਬ ਨੇ ਕਾਫੀ ਨਿਵੇਸ਼ ਕੀਤਾ ਹੋਇਆ 20 ਮਿਲੀਅਨ ਡਾਲਰ ਦੇ ਉਹਨਾਂ ਨੇ ਸਮਝੌਤੇ ਕੀਤੇ ਆ ਪਿਛਲੇ ਦਿਨੀ ਸੋ ਜਿਹੜਾ ਪਿਛਲੇ ਕੁਝ ਦਹਾਕਿਆਂ 'ਚ ਆਰਥਿਕ ਜਿਹੜਾ ਇਕਨੋਮਿਕ ਗਲੋਬਲਾਈਜੇਸ਼ਨ ਹੋਈ ਆ ਉਹਦਾ ਪ੍ਰਭਾਵ ਆ ਹੁਣ ਕਿ ਪੋਲੀਟੀਕਲ ਗਲੋਬਲਾਈਜੇਸ਼ਨ ਹੋ ਰਹੀ ਆ ਉਹਦਾ ਕਿਉਂਕਿ ਇਸ ਖਿੱਤੇ ਚ ਚੀਨ ਨੇ 사ઉਦੀ ਅਰਬ ਨੇ ਭਾਰਤ ਨੇ ਰੂਸ ਨੇ ਇਹਨਾਂ ਸਾਰੇ ਦੇਸ਼ਾਂ ਨੇ ਇੱਕ ਦੂਜੇ ਦੇਸ਼ਾਂ ਜਿਹੜਾ ਨਿਵੇਸ਼ ਕੀਤਾ ਆ ਉਹ ਨਹੀਂ ਚਾਹੁੰਦੇ ਹੁਣ ਉਹਨਾਂ ਦਾ ਨਿਵੇਸ਼ ਹੈ ਜਿਹੜਾ ਉਹ ਜਾਇਆ ਚਲ ਜਾਏ ਜਾਂ ਉਹਨੂੰ ਕੋਈ ਨੁਕਸਾਨ ਪਹੁੰਚੇ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਚ ਜਿਹੜੀਆਂ ਬਣ ਗਈਆਂ ਉਹਦੇ ਚ ਕਮੰਤਰੀ ਪਾਈਚਾਰਾ ਇਹ ਕਦੇ ਨਹੀਂ ਚਾਹੇਗਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕੋ ਵੱਡੀ ਜੰਗ ਹੋ ਜਾਏ ਕਿਉਂਕਿ ਦੋਨਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਵੀ ਆ ਤੇ ਜੇ ਜੰਗ ਹੁੰਦੀ ਆ ਉਹ ਪੂਰੇ ਦੱਖਣੀ ਏਸ਼ੀਆ ਚ ਫੈਲੇਗੀ ਔਰ ਉਹਦੇ ਨਾਲ ਵੱਡੀ ਤਵਾਈ ਹੋਏਗੀ ਉਹਦੇ ਨਾਲ ਕੱਲਾ ਭਾਰਤ ਤੇ ਪਾਕਿਸਤਾਨ ਨੂੰ ਨਹੀਂ ਬਲਕਿ ਇਸ ਖਿੱਤੇ ਦੇ ਜਿਹਨਾਂ ਦੇਸ਼ਾਂ ਨੇ ਵੀ ਨਿਵੇਸ਼ ਕੀਤਾ ਹੈ ਉਹਨਾਂ ਨੂੰ ਨੁਕਸਾਨ ਹੋਏਗਾ ਇਹ ਤੋਂ ਇਹ ਲੱਗਦਾ ਟਹਿਣਾ ਜੀ ਕਿ ਥੋੜੇ ਬਹੁਤੇ ਹਮਲੇ ਇੱਧਰ ਉੱਧਰ ਹੋ ਸਕਦੇ ਆ ਪਰ ਵੱਡੀ ਪੱਧਰ ਤੇ ਜੰਗ ਛੜਨ ਦੀ ਸੰਭਾਵਨਾ ਘਟਿਆ ਅੱਜ ਦੀਆਂ ਸਥਿਤੀਆਂ ਜੋ ਘਟਨਾਕਰਮ ਵਾਪਰਦਾ ਨਜ਼ਰ ਆ ਰਿਹਾ ਥੋੜੀ ਦੇਰ ਪਹਿਲਾਂ 트ੰਪ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਵਧਿਆ ਹੈ ਇਹਦੇ ਚ ਕੋਈ ਚੰਗੀ ਖਬਰ ਆ ਸਕਦੀ ਹੈ ਸੋ ਇਹਨਾਂ ਸਾਰੇ ਤੱਥਾਂ ਨੂੰ ਮੁੱਖ ਰੱਖ ਕੇ ਮੈਂ ਕਹਿ ਸਕਦਾ ਕਿ ਨੇੜ ਭਵਿੱਖ ਚ ਕੋਈ ਵੱਡੀ ਜੰਗ ਜਿਹੜੀ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਣ ਦੀਆਂ ਸੰਭਾਵਨਾਵਾਂ ਬਹੁਤ ਘਟਿਆ ਪਰ ਫਿਰ ਵੀ ਜੇ ਅਤਵਾਦੀਆਂ ਨੂੰ ਕੰਟਰੋਲ ਨਾ ਕੀਤਾ ਗਿਆ ਅਤਵਾਦੀਆਂ ਨੇ ਕੋਈ ਵੱਡਾ ਹਮਲਾ ਜਿਹੜਾ ਭਾਰਤ ਦੇ ਅੰਦਰ ਕਰ ਦੁੱਤਾ ਤੇ ਫਿਰ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਵੀ ਜੰਗ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਜੀ ਮਾਨਿਕ ਸਾਹਿਬ ਜਾਨੇ ਜਾਂਦੇ ਇੱਕ ਹੋਰ ਜਾਣਕਾਰੀ ਦਿਓ ਕਿ ਐਸਆਈਟੀ ਦੇ ਵੱਲੋਂ ਜਿਸ ਤਰੀਕੇ ਨਾਲ ਸਰਗਰਮੀ ਫੜੀ ਹੋਈ ਹੈ ਜਿਸ ਤਰੀਕੇ ਦੇ ਨਾਲ ਹੁਣ ਸੁਮੇਤ ਸਿੰਘ ਸੈਣੀ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ ਜਿਵੇਂ ਸਾਬਕਾ ਅਕਾਲੀ ਦਲ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਕੋਲੋਂ ਇੱਕ ਵਾਰ ਫਿਰ ਪੁੱਛਗਛ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਆਉਂਦੇ ਸਮੇਂ ਦੇ ਵਿੱਚ ਕੀ ਛੇੜਾ ਨਿਕਲਣ ਦੀ ਸੰਭਾਵਨਾ ਹੈ ਰਣਾ ਜੀ ਇਹਦੇ ਵਿੱਚ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਵਿਚਾਰ ਚਰਚਾ ਕੀਤੀ ਸੀ ਕਿ ਐਸਆਈਟੀ ਦੇ ਉੱਪਰ ਬੜਾ ਦਬਾਅ ਆ ਕਿ ਉਹ ਕੁਝ ਕਰਕੇ ਦਿਖਾਵੇ ਇਸ ਕਰਕੇ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਜਿਨ੍ਹਾਂ ਵਿਅਕਤੀਆਂ ਤੋਂ ਵੀ ਮਿਲ ਸਕਦੀ ਹੈ ਉਹ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਛੇਤੀ ਤੋਂ ਛੇਤੀ ਕੋਈ ਰਿਪੋਰਟ ਦਿੱਤੀ ਜਾਵੇ ਇਹਦਾ ਕਾਰਨ ਇਹ ਆ ਕਿ ਐਸ ਵੇਲੇ ਜਿਹੜੇ ਕਾਂਗਰਸ ਪਾਰਟੀ ਨੇ ਵੀ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਤੇ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਪਹਿਲਾਂ ਐਸਆਈਟੀ ਕੋਈ ਰਿਪੋਰਟ ਆਪਣੀ ਦੇਗੀ ਉਹਦੇ ਆਧਾਰ ਤੇ ਕੋਈ ਕਾਰਵਾਈ ਕਰੇਗੀ ਤੇ ਉਹਦੇ ਨਾਲ ਇੱਕ ਵਾਰ ਪੰਜਾਬ 'ਚ ਕੈਪਟਨ ਸਾਹਿਬ ਇਹ ਕਹਿ ਸਕਣਗੇ ਕਿ ਮੈਂ ਕਿਹਾ ਸੀ ਕਿ ਗੁਰੂਗ੍ਰਾਂਤ ਸਾਹਿਬ ਦੀ ਜਿਹੜੀ ਬੇਹਰਮਤੀ ਹੋਈ ਆ ਇਹਦੀ ਮੈਂ ਜਾਂਚ ਕਰਾਵਾਂਗਾ ਕੋਟਕਪੂਰਾ ਤੇ ਬਹਿਬਲ ਕਲਾਂ ਚ ਜਿਹੜਾ ਸਿੱਖ ਸ਼ਰਧਾਲੂਆਂ ਦੇ ਫਾਇਰਿੰਗ ਹੋਈ ਸੀ ਉਹਦੇ ਦੋਸ਼ੀਆਂ ਨੂੰ ਮੈਂ ਕਾਨੂੰਨ ਦੇ ਕਟਾਰੇ ਚ ਖੜੇ ਕਰਾਂਗਾ ਤੇ ਇਸ ਤਰ੍ਹਾਂ ਦੀ ਸਥਿਤੀ ਤਦ ਹੀ ਬਣ ਸਕਦੀ ਹੈ ਜੇ ਐਸਐਸਆਈਟੀ ਤੇਜ਼ੀ ਨਾਲ ਕੰਮ ਕਰੇ ਤੇ ਜਿਹੜੀ ਆਪਣੀ ਰਿਪੋਰਟ ਦੇ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦੀ ਨਜ਼ਰ ਆਵੇ ਸੋ ਇਸ ਦਿਸ਼ਾ ਚ ਹੀ ਐਸਆਈਟੀ ਕੰਮ ਕਰ ਰਹੀ ਹੈ ਮਾਨ ਸਿੰਘ ਸਾਹਿਬ ਖ਼ਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਨਹੀਂ ਘਾਟੇ ਰੁਕੜ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਹਰ ਹਫ਼ਤੇ ਦੀ ਤਰ੍ਹਾਂ ਬਹੁਤ ਕੀਮਤੀ ਟਿੱਪਣੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਨੂੰ